ਜਮਾ ਸਹੀ ਹੈ 7700 ਦੇ 7700 ਰੁਪਏ ਦੇ ਨੇ ਇਹਨੂੰ ਇਹ ਹਲ ਮਿਲੇ ਨੇ 11 ਹਲ ਲੈਗੇ ਥੋੜੀ ਬਹੁਤੀ ਰਿਪੇਅਰਿੰਗ ਕਰ ਲੈ ਵੀ 5.5 ਫੁੱਟ ਉੱਚਾ ਟਾਇਰ ਹੈਗਾ ਤੇ ਪਹਿਲਾਂ ਵਾਲਾ ਟਾਇਰ ਜਿਹੜਾ ਉਹਦੇ ਨਾਲੋਂ ਵੀ ਉੱਚਾ ਜਾਊਗਾ ਇਹ ਕਿਉਂਕਿ ਇਹਦੀ ਜਿਹੜੀ ਗੁੱਡੀ ਦਾ ਸਾਈਜ਼ ਹੈਗਾ ਬਹੁਤ ਜ਼ਿਆਦਾ ਵੱਡਾ ਦੇਖ ਜਿਹੜਾ ਆਪਣੇ ਫਾਰਮ ਟਰੈਕ ਤੇ ਕੰਪਨੀ ਵੱਲੋਂ ਰੰਗ ਆਉਂਦਾ ਹੈ ਨਾ ਉਹ ਆਹ ਵਾਲਾ ਆਉਂਦਾ ਹੈਗਾ ਤੇ ਮੈਨੂੂੰ ਨਹੀਂ ਲੱਗਦਾ ਪਹਿਲਾਂ ਕਿਸੇ ਨੇ ਦਿਖਾਇਆ ਹੋਊਗਾ ਇਕੱਲੀ ਸ਼ੋਅ ਖਰਾਬ ਹੈ ਕਿਸੇ ਦੀਆਂ ਇਕੱਲੀਆਂ ਲਿੰਕਾਂ ਤੇ ਰੰਗ ਮਾਰਨ ਵਾਲਾ ਹੈ ਕਿਸੇ ਦੀ ਇਕੱਲੀ ਲਿਫਟ ਖਰਾਬ ਹੈ ਕਿਸੇ ਦੇ ਪੈਰਦਾਨ ਇਕੱਲੇ ਮੈਚ ਕਰਨੇ ਨੇ ਉਹ ਹਾਫ ਪੇਂਟ ਵੀ ਆਪਾਂ ਉੱਥੇ ਕਿਉਂ ਬਬਲੂ ਕਰਿਆ ਕਰੂਗਾ ਉੱਥੇ ਫੜ ਦਿਓ ਗੱਡੀ ਦੀ ਵੀਡੀਓ ਬਣਾ ਲਈਏ ਆਹ ਗੱਡੀ ਦੀ ਵੀਡੀਓ ਬਣਾ ਲਈਏ ਹਾਂ ਹਲ ਆਪ ਹੀ ਬਣਾਏ ਨੇ ਨਵੇਂ ਤਿਆਰ ਕੀਤੇ ਨੇ ਡਰ ਲੱਗਦਾ ਉੱਤੇ ਨਹੀਂ ਨਹੀਂ ਮਾਰਾਂਗੇ ਉਧਰ ਉਹ ਕਿੰਨੀ ਦੂਰ ਜਾਂਦੀ ਉਹ ਉਹ ਮੇਰੇ ਮੇਰੇ ਕਣੀ ਨੂੰ ਨੱਚ ਲਾ ਦੀ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅੱਜ ਗੱਲ ਕਰਾਂਗੇ ਹਲਾਂ ਦੀ ਤੁਹਾਨੂੰ ਪਤਾ ਆਪਾਂ ਨੂੰ ਜ਼ਿਆਦਾ ਵੱਡਾ ਤਜਰਬਾ ਨਹੀਂ ਹੈਗਾ ਆਪਣਾ ਨਾ ਮੁਲਾਜ਼ਮ ਹੁੰਦੇ ਹੋਏ ਐਂ ਲੈ ਲਓ ਵੀ ਹੋਰ ਕੰਮਾਂ ਦੇ ਵਿੱਚ ਲਾਈਫ ਦੇ ਵਿੱਚ ਸ਼ੁਰੂ ਤੋਂ ਹੀ ਹੈ ਨਾ ਬਿਜ਼ੀ ਸੀਗੇ ਅਤੇ ਖੇਤੀ 'ਚ ਬੜਿਆਂ ਨੂੰ ਆਪਾਂ ਨੂੰ ਥੋੜ੍ਹਾ ਟਾਈਮ ਹੋਇਆ ਪਹਿਲਾਂ ਜ਼ਮੀਨ ਠੇਕ ਕੇਤੀ ਹੁੰਦੀ ਸੀਗੀ ਅਤੇ ਜਿਹੜਾ ਕੁਝ ਆਪ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਰਾ ਕੁਝ ਹੌਲੀ ਹੌਲੀ ਬਣਾ ਰਹੇ ਹਾਂ ਟਰੈਕਟਰ ਬਣ ਗਏ ਠੀਕ ਹੈ ਹੋਰ ਚੀਜ਼ਾਂ ਬਣ ਗਈਆਂ ਹੁਣ ਹੌਲੀ ਹੌਲੀ ਸੰਦਾ ਕਣੀ ਨੂੰ ਹੋ ਰਿਹਾ ਪਹਿਲਾਂ ਆਪਣੇ ਕੋਲ ਥਾਂ ਨਹੀਂ ਸੀਗਾ ਹੁਣ ਆਪਣੀ ਸੁਖਨਾ ਵਰਕਸ਼ਾਪ ਵੀ ਬਹੁਤ ਵੱਡੀ ਬਣ ਜੂ ਖੇਤ ਮੋਟਰ ਅਤੇ ਵਰਕਸ਼ਾਪ ਬਣਾ ਰਹੇ ਹਾਂ ਅਤੇ ਉੱਥੇ ਸੰਦ ਖੜਾਉਣ ਨੂੰ ਸਾਰੇ ਥਾਂ ਬਣ ਗਿਆ ਆਪਣਾ ਆਪਣੇ ਕੋਲ ਹੁਣ ਐਂ ਲਾ ਲਓ ਵੀ ਟਰੈਕਟਰ ਹੋਣ ਦੇ ਨਾਲ ਨਾਲ ਜ਼ਮੀਨ ਹੋਣ ਦੇ ਨਾਲ ਨਾਲ ਆਪਣੇ ਕੋਲ ਸਾਰੇ ਸੰਦ ਵੀ ਹੋਣੇ ਚਾਹੀਦੇ ਨੇ ਅਤੇ ਸੰਦ ਵੀ ਆਪਾਂ ਹੁਣ ਇਕੱਠੇ ਕਰਨ ਲੱਗ ਗਏ ਅਤੇ ਹੌਲੀ ਹੌਲੀ ਸਾਰੇ ਸੰਦ ਇਕੱਠੇ ਕਰ ਲਾਂਗੇ ਸ਼ੌਂਕ ਨਾਲ ਠੀਕ ਹੈ ਅਤੇ ਸੰਦ ਘੱਟ ਬਜਟ 'ਚ ਵੀ ਇਕੱਠੇ ਕਰਾਂਗੇ ਵੀ ਕਹਿ ਨਹੀਂ ਗਾ ਵੀ ਨਵੇਂ ਲਿਆਏ ਹੈ ਨਾ ਘੱਟ ਬਜਟ 'ਚ ਆਪਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂ ਗਰੀਬ ਬੰਦੇ ਤੁਹਾਨੂੰ ਪਤਾ ਹੀ ਹੈ ਨਾ ਹੌਲੀ ਹੌਲੀ ਸਾਰੀਆਂ ਚੀਜ਼ਾਂ ਆਪਣੇ ਪੈਰਾਂ 'ਤੇ ਬਣਾ ਰਹੇ ਹਾਂਗੇ ਦਿਖਾਉਣੇ ਤੁਹਾਨੂੰ ਅੱਜ ਆਪਾਂ ਹਲ ਲੈ ਕੇ ਆਏ ਇੱਕ ਪੁਰਾਣੇ ਹਲ ਮਿਲੇ ਨੇਗੇ ਅਤੇ 7500 ਰੁਪਏ ਦੇ ਪੁਰਾਣੇ ਹਲ ਮਿਲੇ ਨੇ ਅਤੇ ਉਹਨਾਂ ਨੂੰ ਜਮ੍ਹਾਂ ਨਵਾਂ ਬਣਾ ਦਾਂਗੇ ਉਹਨਾਂ ਨੂੰ ਰੀਸਟੋਰ ਕਰਾਂਗੇ ਹਲਾਂ ਨੂੰ ਆਓ ਜੀ ਇਹ ਹਾਲਾਂ ਦਾ ਸੌਦਾ ਮਾਰਿਆ ਗਿੰਨੀ ਨੇ ਕਾਫੀ ਦਿਨਾਂ ਦੇ ਲੱਭ ਰਹੇ ਸੀਗੇ ਵੈਸੇ ਮੈਂ ਤਾਂ ਨਵੇਂ ਕਰੀ ਜਾ ਰਹੇ ਸੀ ਨਵੇਂ ਲੈ ਲਓ ਨਵੇਂ ਲੈ ਲਓ ਅਤੇ ਇਹਨੂੰ ਮਿਲ ਗਏ ਸੀਗੇ ਅਤੇ ਗਿੰਨੀ ਕਿੰਨੇ ਦੇ ਲੱਗਿਆ ਸਹੀ ਰੇਟ ਦੱਸਣਾ ਹੋਰ ਸਹੀ ਜਮਾਂ ਸਹੀ ਹੈ 7700 ਦੇ 7700 ਰੁਪਏ ਦੇ ਨੇ ਇਹਨੂੰ ਇਹ ਹਲ ਮਿਲੇ ਨੇ 11 ਹਲ ਲੈਗੇ ਥੋੜ੍ਹੀ ਬਹੁਤੀ ਰਿਪੇਅਰਿੰਗ ਕਰਨ ਤੋਂ ਬਾਅਦ ਥੋੜ੍ਹੀ ਬਹੁਤੀ ਲਾ ਲਓ ਵੀ ਪੇਂਟ ਪੁੰਟ ਕਰਨ ਤੋਂ ਬਾਅਦ ਇਹਨੇ ਨਵਾਂ ਬਣ ਜਾਣਾ ਅਤੇ ਆਪਾਂ ਹੁਣ ਇਹਨੇ ਰਗੜਨ ਦਾ ਕੰਮ ਚੱਲ ਰਿਹਾ ਇਹਦਾ ਇਹਨੂੰ ਖੋਲ੍ਹ ਕੇ ਆਪਾਂ ਰੀਸਟੋਰ ਕਰ ਰਹੇ ਹਾਂਗੇ ਤੇ ਨੁਕਸਾਨ ਕਰੀ ਜਾ ਰਹੇ ਬੰਦੇ ਹੁਣ ਇਹ ਜਿਹੜੇ ਚਲੋ ਹੁਣ ਤਾਂ ਹੋਲ ਹੀ ਲਓ ਸਾਰੇ ਵੱਢਣਾ ਨਾਟ ਹੋਰ ਸੀਗਾ ਇਹਨੇ ਵੱਢਤਾ ਇੱਧਰਲਾ 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 ਵੱਢਣਾ ਸੀਗਾ ਹਾਂ ਇਹਦੀ ਸਾਰੇ ਦੀ ਰਿਪੇਅਰ ਕਰ ਰਹੇ ਹਾਂਗੇ ਹੁਣ ਇਹਦੇ ਜਿਹੜੇ ਆ ਫਾਲੇ ਸੀਗੇ ਨਾ ਇਹ ਥੋੜ੍ਹੇ ਬਹੁਤੇ ਵਲ ਸੀ ਇਹਨਾਂ ਦੇ ਵਿੱਚ ਵਿੰਗੇ ਸੀਗੇ ਅਤੇ ਉਹ ਆਪਣੇ ਕੋਲ ਸਾਰੇ ਔਜ਼ਾਰ ਹੈਗੇ ਹੀ ਨੇਗੇ ਵੀ ਆਪਾਂ ਗਰਮ ਗੁਰਮ ਕਰਕੇ ਸਾਰੇ ਸਿੱਧੇ ਕਰ ਲਾਂਗੇ ਉਸ ਤੋਂ ਬਾਅਦ ਇਹਦੇ ਜਿਹੜੇ ਇੱਕ 800 ਦੇ ਫਾਲੇ ਆਉਂਦੇ ਨੇ ਇੱਕ 1200 ਦੇ ਆਉਂਦੇ ਨੇ ਇੱਕ 1500 ਦੇ ਆਉਂਦੇ ਨੇਗੇ ਹੁਣ ਐਂ ਲਾ ਲਓ ਵੀ 7700 ਲੱਗ ਗਿਆ ਆਪਣਾ 1500 ਦੇ ਫਾਲੇ ਅਤੇ 500 ਦਾ ਮੇਰੇ ਹਿਸਾਬ ਨਾਲ ਆਹ ਗਰੰਡਰ ਗਰੁੰਡਰ 'ਤੇ ਪੇਂਟ ਲੱਗਣਾ ਨਹੀਂ ਆਪਣਾ ਐਂ ਲਓ ਵੀ ਅੰਡਰ 9000 ਦੇ ਵਿੱਚ ਆਪਣੇ 11 ਹਲ ਨਵੇਂ ਬ੍ਰੈਂਡ ਨਿਊ ਤਿਆਰ ਹੋ ਜਾਣਗੇ 9000 ਦੇ ਵਿੱਚ ਬਣ ਗਿਆ ਮਿਸਤਰੀ ਤੂੰ ਵੀ ਬਣ ਮਿਸਤਰੀ ਬਣਦਾ ਜਾ ਰਿਹਾ ਲੋਹੇ ਨੂੰ ਸਾਫ ਕਰਕੇ ਪੇਂਟ ਕਰਤਾ ਨਵਾਂ ਹੋ ਜਾਣਾ ਤੇ ਉਹੀ ਚੀਜ਼ ਹੁਣ ਇਹਦੀ ਰਿਪੇਅਰਿੰਗ ਚੱਲ ਰਹੀ ਹੈਗੀ ਤੇ ਜਿਹੜੀ ਚੀਜ਼ ਗਰਮ ਕਰਕੇ ਲਾਉਣ ਵਾਲੀ ਜਿਹੜੀ ਚੀਜ਼ ਵੈਲਡ ਕਰਨ ਵਾਲੀ ਹੈ ਉਹ ਸਾਰੀਆਂ ਚੀਜ਼ਾਂ ਦੀ ਰਿਪੇਅਰ ਇਹ ਕਰ ਰਹੇ ਨੇ ਤੇ ਚਲੋ ਇਹਨੇ ਹਲ ਇਹ ਤਿਆਰ ਕਰ ਰਹੇ ਨੇਗੇ ਠੀਕ ਹੈ ਹਲ ਇਹ ਤਿਆਰ ਕਰ ਰਹੇ ਨੇਗੇ ਤੇ ਮੈਂ ਤੁਹਾਨੂੰ ਅੰਦਰ ਫਾਰਮ ਟਰੈਕ ਆਪਣਾ ਅੱਧਾ ਪੇਂਟ ਹੋ ਚੁੱਕਿਆ ਅੱਧਾ ਹੋ ਗਿਆ ਜੀ ਪੇਂਟ ਬਲੌਕ ਇੰਜਨ ਬਲੌਕ ਪੇਂਟ ਹੋ ਗਿਆ ਉਹ ਦਿਖਾਉਣਾ ਅਤੇ ਉਹ ਨਾ 4600 ਦੇ ਟਾਇਰ ਨੇ BKT ਦੇ ਉਹਨਾਂ 'ਤੇ ਵੀ ਨਿਗਾਹ ਮਰਵਾਵਾਂਗੇ 18 ਦੇ ਟਾਇਰ ਫਾਰਮ ਟਰੈਕ 60 ਪੇਂਟ ਹੋ ਰਿਹਾ ਸੀਗਾ ਪਹਿਲਾਂ ਇਹ 4600 ਹੈਗਾ ਅਤੇ ਫਾਰਮ ਟਰੈਕ 60 ਦਾ ਇੰਜਨ ਬਲੌਕ ਸਾਰਾ ਪੇਂਟ ਹੋ ਚੁੱਕਿਆ ਇਹਦਾ ਸ਼ੇਡ ਥੋੜ੍ਹਾ ਜਿਹਾ ਡਾਰਕ ਹੈ ਨਾ ਫਾਰਮ ਟਰੈਕ 60 ਇਹ ਇੱਕ ਦੋ ਤਰ੍ਹਾਂ ਦੇ ਪੇਂਟ ਆ ਰਹੇ ਨੇਗੇ ਇੱਕ ਜਿਹੜਾ ਹੁਣ ਆ ਰਿਹਾ ਹੈਗਾ ਉਹ ਥੋੜ੍ਹਾ ਜਿਹਾ ਜਾਮਣੀ ਹੈਗਾ ਅਤੇ ਇਹ ਥੋੜ੍ਹਾ ਜਿਹਾ ਫੋਰਡ ਨਾਲੋਂ ਡਾਰਕ ਹੁੰਦਾ ਸੀਗਾ ਹੈ ਨਾ ਅਤੇ ਇਹ ਉਹੀ ਸ਼ੇਡ ਹੈਗਾ ਜਿਹੜਾ ਪਹਿਲਾਂ ਫੋਰਡ ਦੇ ਫਾਰਮ ਟਰੈਕ ਦੇ ਆਇਆ ਸੀਗਾ
फोर्ड का इस तो लाइट सीगा थोड़ा जा, तो इनू अपने इंजन ब्लॉक सारा जिमें खेती वाला ये रखे है, खेती ही करनी है इस ट्रैक्टर नाल, तो ओरिजिनल रखता यदा सारा। अपने तो एक गड़बड़ हो चुकी है बबलू जी, तो ये ना जेडे आप जिमें जे खेती नहीं करनी होंगी तो रगड़ दें इन सारे, ठीक है, ग्रैंडर नाल, तो ये जेडे दाने होंगे ने गे वो सारे मिट जाते हैं। हूँ तुम्हें दिख रहा होना ये हूँ ओरिजिनल जिमें कंपनी चो आता सीगा उस तरीके का यह पेंट होया, उमें ही जेडे देगी उत्ते देगी जी शेप है वो चीज़ उमें बनी हैगी, देगी दे दाने लोहे दे वो सारे उमें ही जिमें ओरिजिनल ट्रैक्टर आंदा है उमें बना रहे हैं। खेती वाला फूड तो फार्म ट्रैक तो ट्रैक्टर यह जी होना चाहिए है, जे अपने नहीं खेती करनी तुम संभाल के रखना है फिर थोड़ा जहा प्लेन कर सकते हैं आप जिमें फूड होगा अपना। पीके टी कंपनी के 18-4-30 के टायर अपने को जोड़े हूँ 6600 वास्ते आए हैं, तो यहाँ मैं थोड़ा एक बार अंदाजा जो साइज़ दिखाना है ये मैसी के लवे ला के दिखाने ये टायर थोड़ू मैसी ट्रैक्टर जेडे टायर ही ने गे मैसी के ना जे ला के दिखाई टायर एक 6600 के ना ला दे एक मैसी के ला दे लै भी 5.5 फुट उच्चा टायर है, तो पहला वाला टायर जोड़ा वो भी उच्चा जाऊगा यह क्योंकि यदि जी गुड्डी का साइज हैगा बहुत ज़्यादा व्डा देख पहलाने नालों भी व्डा है, तो इस स्टेज ना ट्रैक्टर की होर ऊंचाई बढ़ जानी है कि ना सोहना लाई ये ना लाई ये पा दिए बबलू कहना ये पा दो क्या बात है हाँ अपन मडगाड़ यदा थोड़ा जहा एडजस्ट हो जाता कि नहीं यदा मडगाड़ उच्चा चकना पेगा हो जाता है यार बहुत ज़्यादा लगूगी नहीं वो लगेगा दोनों पासे इनू इनू अंदरों एडजस्ट हो जाते हैं इन्हों मगराटा भी होर उच्चा चकना पेगा 6600 के मगराटा टायर यार ये वाला टायर बीके डी का बहुत सोहना है 18-4-30 का टायर हैगा तो यदी गुड्डी देखियो 4 उंगलों तो 5 उंगलों की गुड्डी है जी जी आएगी आम ट्रैक्टर की गुड्डी ला लो भी छोटी होंगी है यदि 4-5 उंगलों की तो कल ट्रैक्टर टायर की गुड्डी हैगी। तो चलो 600 के समान अद्धा का ऑर्डर हो चुका है, मेन तो गैस किट जैन किट सारे उ चीज़ा ऑर्डर हो गई नहीं है, जो आ गया समान अपने को थोड़ा जहा नाल पट लाँगे 600 इन्ने वो हल सैट कर रहे हैं, तो आप खेत आ गए हैं, खेत का कम थोड़ा मैं दिखा दा एक बार हूँ अपनी जी फ्रंट वाली कंध हैगी हो रही हैगी, तो इधर साइड वाला गेट हैगा वो हो चुका है जोड़ा इधर 11 फुट आगे अपन इधर अपने हूँ 10 फुट का गेट रखे सामने तो इधर रखे अपने 12 फुट का गेट तो वो हूँ जी फ्रंट वाली कंध हैगी वो न्यू का कम चल रहा है, तो बाकी वर्कशॉप अपनी काफ़ी हद तक ओके हो चुकी हैगी, तो मैनू यह है भी हूँ जिन्हें क मेरे को हूँ होर पैसे इधर उधर हो रहे हैं बई है ना पूरा औखा सौखा होकर चल रहा है मैं नहीं है ना भी अपने को पैसे है अपने लाते ए ला लो भी जिधरों जिमें जिन्ने पैसे बनते हैं है ना भी उन्ने पैसे सारे इतने लग रहे हैं इस टाइम, तो इधरों जिधरों भी फट सकते हैं ठीक है जिधरों अपन मिल सकते हैं पैसे अपन तो सारे पास्यों पैसे कट रहे आप उरे ला रहे हैं जी, तो उम्मीद मैनू बहुत है इस चीज़ तो है ना भी आप कुछ वड्डा करांगे, तो इस तो बाद कामयाबी मिलनी है हाले जिन्ना औखा हो सकते हैं उन्ना हो रहे हैं, तो सामने वाला भी बहुत सोहना इधरला एरिया होजू पर ए भी इधरला गली इधर ज़्यादा उच्चा है इधरले प्लाट ने जोड़े ज़्यादा उच्चे ने इस करके यदी न्यों ज़्यादा उच्ची रखी है, तो थोड़ी जी मैंने लगता 2-2 फुट अपन भर तो भी पानी पेगी उरे तो उस तो बाद सैटिंग जी आजगी सारे काम पूरे हो रहे हैं बस कल्ला हूँ फ्रंट की कंध रहेगी इस तुम बाद लॉक लगते हो जाएंगे तो उस तो बाद जो जिमें पैसे बनने अपने को आप फर्शा का कम तो शैड का उपरला काम शुरू कर देंगे नाल दिन बहुत कुछ सोचा होगा सोचते बहुत कुछ है वो जो कुछ चीज़ा भी इंप्लीमेंट करती है ना अपने उरे तो बहुत बहुत वधिया हो जाना सारा कुछ, तो मेरे साढ़े संगरूर एजेंसी भी नहीं हैगी एड्डी वड्डी जिनी वड्डी आप वर्कशॉप बना रहे हैं साढ़े संगरूर कोई एजेंसी भी नहीं हैगी एड्डी वड्डी ट्रैक्टर की भी जिन्हों को इन्नी जगह होवे तो इन्ना ताम जाम हो जिन्ने सन आप इकट्ठे करी बैठेंगे तो एक देख देंगे जी की चलता है की बन देगा कुछ नहीं सोचा बिना सोचे समझे चकते फटे बस, तो काम उरे जो अपने को जगह होंगी है तुम कम जो मर्जी शुरू कर सकते हो जो थोड़े को थान है आप हूँ उत्थे क्यों फसे हुए थे भी टिके हुए थे पर अपने को जगह की घाट सी तो करके ए ला लो भी आप ज़्यादा कम नहीं फट पाते तो उरे आप जो मर्जी करी जी जीरी भी कहती है बई बोलती है हले तक तो भी मैनू बढ़ ला थोड़ा बहुत सहारा ला दूगी जीरी
ਤੇ ਉਸ ਤੋਂ ਬਾਅਦ ਪਿੱਛੇ ਵੀ ਜਗ੍ਹਾ ਛੱਡਣੀ ਪਊ ਆਪਾਂ ਨੂੰ ਟਰੈਕਟਰਾਂ ਵਾਸਤੇ ਪਿੱਛੇ ਵੀ ਆਪਾਂ ਨੂੰ ਹੋਰ ਜਗ੍ਹਾ ਛੱਡਣੀ ਪਊਗੀ ਹੁਣ ਮੈਂ ਚੱਕ ਤੇ ਫੱਟੇ ਇੱਕ ਜਣਾ ਰਗੜਨ ਲੱਗਿਆ ਪਿਆ ਇੱਕ ਜਣਾ ਪੇਂਟ ਮਾਰਨ ਲੱਗਿਆ ਪਿਆ ਤੇ ਆਹ ਸਪੀਡ ਨਾਲ ਕੰਮ ਚੱਲ ਰਿਹਾ ਦੇਖੋ ਨਵੇਂ ਹਾਲ ਤਿਆਰ ਕਰ ਰਹੇ ਨੇਗੇ ਇੱਕ ਜਣਾ ਪੇਂਟ ਮਾਰਨ ਲੱਗਿਆ ਹੋਇਆ ਇੱਕ ਜਣਾ ਰਗੜਨ ਲੱਗਿਆ ਪਿਆ ਨਾਲ ਦੀ ਨਾਲ ਹੀ ਜੇ ਸਪੀਡ ਨਾਲ ਸਾਰੇ ਕੰਮ ਕਰਿਆ ਕਰੋ ਯਾਰ ਹੈਨਾ ਸਤੱਤਰ ਸੌ ਦੇ ਗਿਆਰਾਂ ਹਲ ਅਤੇ ਇਸ ਤੋਂ ਬਾਅਦ ਪੰਦਰਾਂ ਸੌ ਉਹ ਲੱਗ ਜਾਣਾ ਆਪਣਾ ਹੋ ਗਏ ਬਾਨਵੇਂ ਸੌ ਅਤੇ ਬਾਨਵੇਂ ਸੌ ਤੋਂ ਐਂ ਲਾ ਲਓ ਵੀ ਆਪਾਂ ਅੱਠ ਸੌ ਰੁਪਏ ਦਾ ਜੋੜ ਲਈਏ ਵਿੱਚ ਹੀ ਪੇਂਟ ਦਾ ਵਿੱਚ ਹੀ ਆਪਣੇ ਲੇਬਰ ਜਿਹੜੀ ਹੈ ਅੱਠ ਸੌ ਰੁਪਇਆ ਅੰਡਰ ਦਸ ਹਜ਼ਾਰ ਬਣ ਜਾਣੇ ਹੈ ਨਾ ਦਸ ਹਜ਼ਾਰ 'ਚ ਆਪਾਂ ਨੂੰ ਪੂਰੇ ਵਧੀਆ ਆਪਣੇ ਹਲ ਬਣ ਜਾਣੇ ਨੇਗੇ ਗਿਆਰਾਂ ਹਲ ਨਵੇਂ ਹਲ ਦਸ ਹਜ਼ਾਰ ਰੁਪਏ ਚੈਨਲ ਸਾਰੇ ਪਿੱਛੇ ਵਾਲਾ ਜਗਾੜ ਵੀ ਲੱਗਿਆ ਹੋਇਆ ਚੈਨਲ ਲਾਉਣ ਨੂੰ ਉਹ ਵੀ ਗਾਰਡਰ ਗਾਰਡਰ ਉਹ ਪਿਆ ਹੋਊ ਉਹ ਲਾ ਲਓ ਕੋਈ ਆਪਦੀ ਆ ਪਿੱਛੇ ਚੈਨਲ ਲੱਗਣ ਨੂੰ ਵੀ ਸਾਰਾ ਕੁਛ ਹੈਗਾ ਨਵੇਂ ਹਲ ਬਣ ਗਏ ਲੈ ਵੀ ਬੜੀ ਆ ਸੌਦਾ ਪਾ ਰਹਾ ਮੁੰਡੇ ਨੇ ਮੁੰਦਰਾਂ ਵਾਲੇ ਮੁੰਡੇ ਨੇ ਚੀਜ਼ ਦਿਖਾਵਾਂ ਜਿਹੜਾ ਆਪਣੇ ਫਾਰਮ ਟਰੈਕ 'ਤੇ ਕੰਪਨੀ ਵੱਲੋਂ ਰੰਗ ਆਉਂਦਾ ਹੈ ਨਾ ਉਹ ਆਹ ਵਾਲਾ ਆਉਂਦਾ ਹੈਗਾ ਅਤੇ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਨੇ ਦਿਖਾਇਆ ਹੋਊਗਾ ਅਤੇ ਕੰਪਨੀ ਵਾਲਾ ਜਿਹੜਾ ਫਾਰਮ ਟਰੈਕ ਦਾ ਓਰਿਜਨਲ ਰੰਗ ਹੈ ਜਿਹੜਾ ਉਹ ਆਹ ਵਾਲਾ ਰੰਗ ਹੈ ਜਿਹੜਾ ਆਪਣੇ ਹਲਾਂ 'ਤੇ ਵੱਜ ਰਹੇਗਾ ਅਤੇ ਅਸੀਂ ਇੱਕ ਸੈਂਪਲ ਲਈ ਲਾ ਲਓ ਅਸੀਂ ਚਾਰ ਪੰਜ ਲੀਟਰ ਲੈ ਆਏ ਸੀਗੇ ਕੰਪਨੀ 'ਚ ਮੰਗਵਾਇਆ ਸੀਗਾ ਅਤੇ ਆਹ ਦੇਖੋ ਸਕੌਟ ਦਾ ਈ ਟੋਪ ਦਾ ਕੰਪਨੀ ਦਾ ਇਹਦਾ ਮਾਰਕਾ ਵੀ ਲੱਗਿਆ ਹੋਇਆ ਸਾਰਾ ਕੁਛ ਹੈ ਨਾ ਅਤੇ ਅਸੀਂ ਕੰਪਨੀ 'ਚੋਂ ਮੰਗਵਾਇਆ ਸੀਗਾ ਅਤੇ ਸਾਡੇ ਹਿਸਾਬ 'ਚ ਨਹੀਂ ਆਇਆ ਬਾਈ ਸਾਨੂੰ ਜਚਿਆ ਨਹੀਂ ਹੈ ਨਾ ਇੱਕ ਤਰ੍ਹਾਂ ਨਾਲ ਅਸੀਂ ਇੱਕ ਅੱਧੇ ਪੱਲੇ 'ਤੇ ਵੀ ਮਾਰ ਕੇ ਦੇਖਿਆ ਮੈਨੂੰ ਐਂ ਸੀਗਾ ਵੀ ਓਰੀਜਨਲ ਰੰਗ ਹੈ ਨਾ ਵੀ ਥੋੜ੍ਹਾ ਜਿਹਾ ਵਧੀਆ ਹੋਊਗਾ ਪਰ ਉਹ ਗੱਲ ਜੀ ਬਣੀ ਨਹੀਂ ਹੈਗੀ ਫਿਰ ਅਸੀਂ ਹਲਾਂ 'ਤੇ ਮਾਰਨ ਵਾਸਤੇ ਗੇਟਾਂ ਗੂਟਾਂ 'ਤੇ ਮਾਰਨ ਵਾਸਤੇ ਰੰਗ ਹੁਣ ਰੱਖਿਆ ਹੋਇਆ ਹੈਗਾ ਅਤੇ ਜਿਵੇਂ ਕੋਈ ਚੀਜ਼ਾਂ ਆਪਣੇ ਜਿੰਨਾ ਵੀ ਹੈ ਹੁਣ ਉੱਥੇ ਯੂਜ਼ ਕਰ ਰਹੇ ਹਾਂ ਹਲਾਂ ਦੇ ਉੱਤੇ ਪਰ ਐਂ ਵੀ ਫਾਰਮ ਟਰੈਕ ਦਾ ਓਰੀਜਨਲ ਰੰਗ ਅਸੀਂ ਦੇਖੋ ਜੀ ਹਲਾਂ 'ਤੇ ਮਾਰ ਰਹੇ ਹਾਂਗੇ ਅਤੇ ਇਹ ਜ਼ਿਆਦਾ ਮਹਿੰਗਾ ਵੀ ਨਹੀਂ ਹੁੰਦਾ ਵੀਰੇ ਜਿਹੜਾ ਇਹ ਪੇਂਟ ਹੈਗਾ ਇਹ ਜ਼ਿਆਦਾ ਮਹਿੰਗਾ ਵੀ ਨਹੀਂ ਹੁੰਦਾ ਹੈਗਾ ਇਹ ਤੁਹਾਨੂੰ ਹੈਗਾ ਇਹ ਪੁਰਾਣਾ ਪ੍ਰਿੰਟ ਹੈ ਇਹਦੇ ਉੱਤੇ ਸਾਢੇ ਛੇ ਸੌ ਵੱਧ ਤੋਂ ਵੱਧ ਸਾਢੇ ਛੇ ਸੌ ਦਾ ਹੋਊਗਾ ਕਿੱਥੇ ਹੋ ਗਿਆ ਆਹ ਸੀਗਾ ਵੱਧ ਤੋਂ ਵੱਧ ਸਾਢੇ ਛੇ ਸੌ ਦਾ ਹੋਊਗਾ ਇਹ ਪੁਰਾਣਾ ਪ੍ਰਿੰਟ ਹੈ ਪੰਜ ਸੌ 64 ਹੁਣ ਸਾਢੇ ਛੇ ਸੌ ਦਾ ਹੋਊ 700 ਦਾ ਹੋਊਗਾ ਵੱਧ ਤੋਂ ਵੱਧ ਲੀਟਰ ਇਹ ਆਹ ਵਾਲਾ ਜਿਹੜਾ ਓਰੀਜਨਲ ਫਾਰਮ ਟਰੈਕ ਦਾ ਪੇਂਟ ਆਉਂਦਾ ਜਿਹੜਾ ਕੰਪਨੀ ਵੱਲੋਂ ਆਉਂਦਾ ਆਹ ਕੰਪਨੀ ਵਾਲਾ ਹੀ ਦੇਖੋ ਲੋਗੋ ਹੈ ਸਾਰਾ ਕੁਛ ਇਹਦਾ ਚਲੇ ਗਏ ਤੁਸੀਂ ਜਿਵੇਂ ਏਜੰਸੀ ਵਾਲਾ ਰੰਗ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਜਿਹੜਾ ਤੁਹਾਡੇ ਕਈ ਵਾਰ ਟਰੈਕਟਰਾਂ ਦੇ ਉੱਤੇ ਡੱਕ ਟੁੱਕ ਲੱਗ ਜਾਂਦੇ ਨੇ ਪੁਰਾਣਾ ਹੈ ਨਾ ਟਰੈਕਟਰ ਆਪਣੇ ਉਹਦੇ ਉੱਤੇ ਨਿਸ਼ਾਨ ਪੈ ਜਾਂਦੇ ਨੇ ਜਾਂ ਪਾਪੜ ਉਤਰਨ ਲੱਗ ਜਾਂਦੇ ਨੇ ਥੋੜ੍ਹਾ ਪੁਰਾਣੇ ਹੋਈ ਜਾਂਦੇ ਨੇ ਫਾਰਮ ਟਰੈਕ ਜੇ ਏਜੰਸੀ ਵਾਲਾ ਰੰਗ ਜਮ੍ਹਾਂ ਮੈਚਿੰਗ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਵੀ ਜਦੋਂ ਆਪਣਾ ਖੇਤ ਚਲੇ ਗਏ ਆਪਾਂ ਉੱਥੇ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਇਕੱਲੀ ਸ਼ੋਅ ਖਰਾਬ ਹੈ ਕਿਸੇ ਦੀਆਂ ਇਕੱਲੀਆਂ ਲਿੰਕਾਂ 'ਤੇ ਰੰਗ ਮਾਰਨ ਵਾਲਾ ਹੈ ਕਿਸੇ ਦੀ ਇਕੱਲੀ ਲਿਫਟ ਖਰਾਬ ਹੈ ਕਿਸੇ ਦੇ ਪੈਰਦਾਨ ਇਕੱਲੇ ਮੈਚ ਕਰਨੇ ਨੇ ਉਹ ਹਾਫ ਪੇਂਟ ਵੀ ਆਪਾਂ ਉੱਥੇ ਕਿਉਂ ਬਬਲੂ ਬਬਲੂ ਕਰਿਆ ਕਰੂਗਾ ਉੱਥੇ ਪੇਂਟ ਬਬਲੂ ਨੂੰ ਉੱਥੇ ਪੇਂਟਰ ਬਣਾ ਦੇਣਾ ਅਤੇ ਉਹ ਹਾਫ ਕੰਮ ਵੀ ਆਪਣੇ ਉੱਥੇ ਤੁਸੀਂ ਵੀ ਕਰਵਾ ਸਕਦੇ ਹੋ ਕਿਉਂ ਮੇਜਰ ਸਿੰਘ ਇਕੱਲੇ ਪੱਲੇ ਪੁੱਲੇ ਜਿਵੇਂ ਕਿਸੇ ਦਾ ਇੱਕ ਪੱਲਾ ਹੀ ਖਰਾਬ ਹੈ ਕੰਪਨੀ ਵਾਲਾ ਲਿਆ ਕੇ ਆਪਾਂ ਕਰਦਿਆ ਕਰਾਂਗੇ ਕਹਿੰਦਾ ਜਿੰਨਾ ਕਿ ਪੇਂਟ ਹੋਊ ਉਨਾ ਕੁ ਤਾਂ ਮੈਂ ਡੋਲ ਦੂੰ ਕਹਿੰਦਾ ਬਬਲੂ ਕਹਿੰਦਾ ਅੱਛਾ ਜਿੰਨਾ ਜਿੰਨਾ ਕਹਿੰਦਾ ਮੇਜਰ ਬਰਬਾਦ ਕਰਦਾ ਹੈਗਾ ਉਨੇ 'ਚ ਮੈਂ ਸਾਰਾ ਪੇਂਟ ਕਰ ਦੂੰ ਟਰੈਕਟਰ ਮੇਜਰ ਦੇਖ ਲਾ ਤੈਨੂੰ ਕੀ ਕਹਿੰਦਾ ਕਹਿੰਦਾ ਜਿੰਨਾ ਇਹਨੇ ਖਰਾਬ ਕਰਤਾ ਥੱਲੇ ਹੈ ਓਏ ਹਾਂ ਜੇ ਸਹੀ ਮੇਜਰ ਵੀ ਕਹਿੰਦਾ ਕਹਿੰਦਾ ਇੱਕ ਪਿਸਟਨ ਜਿੰਨੇ ਤਾਂ ਨਹੀਂ ਖਰਾਬ ਹੁੰਦੇ ਜੇ ਇੱਕ ਪਿਸਟਨ ਦੇ ਰਿੰਗ ਤੋੜਤੇ ਹੈ ਉੱਥੇ ਆ ਗਈ ਗੱਡੀ ਦੀ ਵੀਡੀਓ ਬਣਾ ਲਈਏ ਆਹ ਗੱਡੀ ਦੀ ਵੀਡੀਓ ਬਣਾ ਲਈਏ ਹਾਂ ਹਲ ਆਪ ਹੀ ਬਣਾਏ ਨੇ ਨਵੇਂ ਤਿਆਰ ਕੀਤੇ ਨੇ ਨਵੇਂ ਤਿਆਰ ਕਰ ਲਏ ਆਪਣੇ ਪਿੰਡ ਹੋ ਗਏ ਤੇ ਇੱਧਰ ਇਹ ਲਹਿਰ ਲਾਈ ਜਾਂਦੇ ਨੇ ਜਵਾਕ ਹਾਂ ਵੀ ਹਾਂ ਨਾੜ ਗਿਆਰਾਂ ਖੜਾ ਕਰਤਾ ਇੱਧਰ ਅਦਬ ਤੇ ਰਣਵੀਰ ਹੁਣ ਪਟਾਕੇ ਚਲਾ ਰਹੇ ਨੇ ਕਿਹੜੇ ਪਟਾਕੇ ਨੇ ਇਹਨਾਂ ਕੋਲ ਓਏ ਹੋਏ ਅੱਛਾ ਚੱਲ ਦੇਖਦੇ ਕੀ ਚੱਲਦਾ ਇਹ ਚਾੜਤੀ ਸੀ ਕੋਠੇ ਤੇ ਓਏ
लगे पे दो ठाठा कर चला दी लाइक मैच लग देखा मैं तो दिखा दो डर लगता डर लगता चाचू नहीं मारा उधर कि दूर जाती लोगों के घरे बड़ेगा तू माहौल पिछे अमन डौला दिखा रहा डौला साढ़े प्रोफेशनल बॉडी बिल्डर तो इंस्टाग्राम से रील देखो मेरी अमन की कट्ठिया की रील है जी इन मैं टैग की हुई है टैग पता नहीं क्यों अप्रूव नहीं करता है चल ठीक है इंस्टाग्राम से रील देखो जी सर चलो भाई इस तरीके प्यार बने रखो वीडियो दान तोरी करते हैं अगली वीडियो मिलते हैं चलो धन्यवाद।